ਇਹ ਹੈ ਜੀ ਹਾਰੇ ਤੇ ਪੰਜਾਬੀ ਵਿਰਸੇ ਦੀ ਚੀਜ਼ ਹੈ ਇਹ। ਜਿਵੇਂ ਕਿ ਹੁਣ ਸਰਦੀਆਂ ਆ ਗਈਆਂ, ਸਰੋਂ ਦਾ ਸਾਗ, ਦਾਲਾਂ ਜਾਂ ਤੌੜੀ ਵਾਲਾ ਦੁੱਧ। ਆ ਹੈ ਜੀ ਇਸ ਦਾ ਬਰਤਨ ਕੁੱਜਾ। ਸਤਿ ਸ਼੍ਰੀ ਅਕਾਲ ਜੀ, ਮੈਂ ਅਜੇ ਭਾਈ ਕਾ ਬਹੁਤ ਬਹੁਤ ਸਵਾਗਤ ਹੈ ਅਜੇ ਭਾਈ ਕਾ ਯੂਟਿਊਬ ਚੈਨਲ ਉੱਪਰ। ਦੋਸਤੋ, ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਹਾਰੇ, ਕੀ ਉਹਨਾਂ ਦੀ ਮਹੱਤਤਾ ਹੈ, ਕਿਵੇਂ ਉਹ ਕੰਮ ਕਰਦੇ ਆ, ਕੀ ਚੀਜ਼ ਆ ਉਹ। ਤੇ ਇਹ ਵੀਡੀਓ ਤੁਸੀਂ ਦੋਸਤੋ ਆਪਣੇ ਘਰ ਦੇ ਬਜ਼ੁਰਗਾਂ ਨੂੰ ਜ਼ਰੂਰ ਦਿਖਾਇਓ, ਵੀ ਤਾਂ ਕਿ ਉਹਨਾਂ ਨੂੰ ਉਹਨਾਂ ਦਾ ਸਮਾਂ ਚੇਤੇ ਦੁਬਾਰਾ ਆ ਸਕੇ। ਇਹਨੂੰ ਇਹੀ ਕਿਹਾ ਜਾਂਦਾ ਹੈ, ਇਹਦੇ ਇਹ ਕੰਮ ਸੀ, ਉਹ ਸਾਰਾ ਤੁਹਾਨੂੰ ਦੱਸਣਗੇ। ਤੇ ਵੀਡੀਓ ਨੂੰ ਤੁਸੀਂ ਅੰਤ ਤੱਕ ਜ਼ਰੂਰ ਦੇਖਿਓ, ਵੀ ਤਾਂ ਕਿ ਜੋ ਇਹ ਖਾਸ ਜਾਣਕਾਰੀ ਹੈ ਸਾਰਿਆਂ ਤੱਕ ਸਾਂਝੀ ਹੋ ਸਕੇ। ਆ ਜਾਓ ਜੀ, ਚੱਲਦੇ ਹਾਂ ਤੇ ਦੇਖਦੇ ਹਾਂ। ਹਾਂਜੀ ਦੋਸਤੋ, ਇਹ ਹੈ ਜੀ ਹਾਰੇ ਤੇ ਪੰਜਾਬੀ ਵਿਰਸੇ ਦੀ ਚੀਜ਼ ਹੈ ਇਹ। ਤੇ ਬਹੁਤ ਘੱਟ ਜਾਣਿਆਂ ਨੂੰ ਪਤਾ ਹੋਊ ਇਸ ਚੀਜ਼ ਬਾਰੇ ਵੀ ਇਹਨੂੰ ਹਾਰੇ ਬੋਲਦੇ ਆ, ਤੇ ਉਹ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਪੂਰਾ ਵਿਸਥਾਰ ਦੇ ਵਿੱਚ। ਤੇ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਰ ਦੇਵਾਂ ਵੀ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਅੰਨ ਪਾਣੀ ਬਣਦਾ ਸੀ ਉਹ ਚੁੱਲ੍ਹਿਆਂ ਤੇ ਵੀ ਬਣਦਾ ਸੀ, ਪਰ ਚੁੱਲ੍ਹਿਆਂ ਦੇ ਨਾਲ ਨਾਲ ਇਹਨਾਂ ਹਾਰਿਆਂ ਤੇ ਵੀ ਬਣਾਇਆ ਜਾਂਦਾ ਸੀ। ਇਹ ਬਹੁਤ ਪੁਰਾਣੀ ਚੀਜ਼ ਹੈ। ਜਿਵੇਂ ਕਿ ਹੁਣ ਸਰਦੀਆਂ ਆ ਗਈਆਂ, ਸਰੋਂ ਦਾ ਸਾਗ, ਦਾਲਾਂ ਜਾਂ ਤੌੜੀ ਵਾਲਾ ਦੁੱਧ, ਦਲੀਆ, ਖਿਚੜੀ, ਉਹ ਸਾਰਾ ਕੁਝ ਇਸ ਤੇ ਬਣਦਾ। ਤੇ ਇੱਕ ਦੋਸਤੋ, ਅੱਜ ਕੱਲ੍ਹ ਆਪਾਂ ਮਾਡਰਨ ਸਿਸਟਮ ਦੇ ਨਾਲ ਆਪਾਂ ਟਾਈਮਰ ਸਿਸਟਮ ਵੀ ਕਹਿ ਦਿਆਂਗੇ ਇਹਨੂੰ, ਕਿਉਂਕਿ ਜਿਹੜੀਆਂ ਪੁਰਾਣੀਆਂ ਔਰਤਾਂ ਸੀ ਉਹਦੇ ਤੇ ਕੋਈ ਸਮਾਨ ਧਰ ਕੇ ਆਪਦੇ ਕੰਮਕਾਰ ਹੋਰ ਘਰ ਦੇ ਉਹ ਕਰ ਲੈਂਦੇ ਸੀ। ਜਿਵੇਂ ਹੁਣ ਇਹਦੇ ਵਿੱਚ ਆਹਾਰੇ ਦੇ ਵਿੱਚ ਕੋਈ ਚੀਜ਼ ਰੱਖ ਦਿੰਦੇ ਸੀ ਬਣਨ ਵਾਸਤੇ, ਤੇ ਉਸ ਤੋਂ ਬਾਅਦ ਉੱਤੇ ਚਾਪੜ ਦਿੱਤਾ ਜਾਂਦਾ ਸੀਗਾ, ਤੇ ਫਿਰ ਜਿਹੜੀਆਂ ਔਰਤਾਂ ਸੀ ਉਹ ਕੰਮ ਕਰਦੇ ਰਹਿੰਦੇ ਸੀ ਘਰੇ, ਵੀ ਆਪਦੇ ਵੀ ਇੱਧਰ ਨਹੀਂ ਸੀ ਧਿਆਨ, ਵੀ ਇਹਦੇ ਸਿਰਹਾਣੇ ਆ ਕੇ ਬੈਠਣਾ ਪੈਂਦਾ। ਤੇ ਹੁਣ ਦੋਸਤੋ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਇਹਨੂੰ ਵਰਤ ਸਕਦੇ ਹਾਂ। ਤੇ ਦੋਸਤੋ ਅੱਜ ਆਪਾਂ ਇਹਦੇ 'ਚ ਲੱਗੇ ਹਾਂ ਬਣਾਉਣ ਸਾਬਤ ਮੂੰਗੀ ਮਸਰਾਂ ਦੀ ਦਾਲ, ਤੇ ਤੁਹਾਨੂੰ ਵੀ ਦਿਖਾਵਾਂਗੇ ਵੀ ਕਿਵੇਂ ਇਹ ਵਰਤਦੇ ਆ, ਕਿਵੇਂ ਇਹ ਚੱਲਦੇ ਆ, ਵੀ ਕੀ ਕੁਛ ਕਰਨਾ ਪੈਂਦਾ, ਉਹ ਦਿਖਾਉਣੇ ਆ ਤੁਹਾਨੂੰ ਸਾਰਾ। ਸਭ ਤੋਂ ਪਹਿਲਾਂ ਦੋਸਤੋ ਇਹਦੇ 'ਚ ਆਪਾਂ ਇਹਦਾ ਬਾਲਣ ਵਾਲਾ ਮਟੀਰੀਅਲ ਪਾਵਾਂਗੇ। ਜਿਵੇਂ ਅੱਜ ਕੱਲ੍ਹ ਮਾਡਰਨ ਲਈ ਤਾਂ ਆਪਾਂ ਗੈਸ ਯੂਜ਼ ਕਰਦੇ ਹਾਂ, ਪਰ ਇਹਦਾ ਪੁਰਾਣਾ ਉਹੀ ਸਿਸਟਮ ਪਾਥੀਆਂ। ਇਸ ਤਰ੍ਹਾਂ ਜੀ ਪਾਥੀਆਂ ਆਪਾਂ ਪਾਤੀਆਂ। ਹੁਣ ਦੋਸਤੋ ਆਪਾਂ ਇਹਦੇ 'ਚ ਲੱਗੇ ਹਾਂ ਅੱਗ ਮਚਾਉਣ, ਤੇ ਫਿਰ ਇਹਦੇ 'ਚ ਰੱਖਾਂਗੇ ਆਪਾਂ ਦਾਲ ਵਾਲਾ ਕੁੱਜਾ। ਆ ਜੀ ਇਸਦਾ ਬਰਤਨ ਕੁੱਜਾ, ਇਹਦੇ 'ਚ ਬਣਾਵਾਂਗੇ ਆਪਾਂ ਦਾਲ, ਤੇ ਇਹ ਐਂ ਰੱਖਿਆ ਜਾਊ ਇਹਦੇ 'ਚ, ਆਪੇ ਨਾਲ ਨਾਲ ਅੱਗ ਧੁਖੀ ਜਾਊਗੀ। ਹੁਣ ਦੇਖੋ ਜੀ, ਸਾਰਿਆਂ ਦੀ ਰਿਕੁਆਇਰਮੈਂਟ ਅਲੱਗ ਅਲੱਗ ਹੁੰਦੀ ਹੈ ਜੀ, ਕਿਸੇ ਨੂੰ ਕੋਈ ਚੀਜ਼ ਵੱਧ ਪਸੰਦ ਹੈ, ਘੱਟ, ਲੂਣ ਮਿਰਚ ਜਿਵੇਂ ਵੀ ਹੈ ਉਸ ਹਿਸਾਬ ਨਾਲ, ਦਾਲਾਂ ਦੀ ਮਾਤਰਾ ਵੀ ਉਸ ਹਿਸਾਬ ਨਾਲ। ਆਪਾਂ ਤੁਹਾਨੂੰ ਦੱਸਿਆ ਸੀਗਾ ਦੋਸਤੋ ਵੀ ਸਾਬਤ ਮੂੰਗੀ ਮਸਰਾਂ ਦੀ ਦਾਲ, ਉਹ ਆਪਾਂ ਇਹਦੇ 'ਚ ਬਣਨ ਲਈ ਰੱਖਤਾ, ਆ ਦੇਖੋ। ਤੇ ਦੋਸਤੋ ਮੱਠੀ ਮੱਠੀ ਅੱਗ ਤੇ ਇਹ ਰਿੱਝ ਜਾਊ, 2-2.5 ਘੰਟਿਆਂ ਦੇ ਵਿੱਚ ਇਹ ਦਾਲ ਆਪਣੀ ਤਿਆਰ ਹੋ ਜਾਊਗੀ। ਤੇ ਜਿਵੇਂ ਕਿ ਹੁਣ ਆਪਾਂ ਨੂੰ ਇਹਦੇ ਸਿਰਹਾਣੇ ਬੈਠਣ ਦੀ ਲੋੜ ਨਹੀਂ ਗੀ, ਆ ਇਹਦਾ ਚਾਪੜ ਹੈ ਤੇ ਇਹਨੂੰ ਉੱਤੇ ਆਪਾਂ ਕਵਰ ਕਰ ਦਿਆਂਗੇ। ਲਓ ਜੀ ਦੋਸਤੋ, ਤੇ ਦੋਸਤੋ ਇਹਨਾਂ ਨੂੰ ਆਪਾਂ ਅੱਜ ਵੀ ਘਰੇ ਬਣਾ ਸਕਦੇ ਹਾਂ, ਤੇ ਕਿਵੇਂ ਬਣਾ ਸਕਦੇ ਹਾਂ ਕੀ ਕੁਛ ਆ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ, ਵੀ ਆਪਣੇ ਫੈਮਿਲੀ ਦੇ ਹਿਸਾਬ ਤੇ ਇਹਦਾ ਸਾਈਜ਼ ਰੱਖਿਆ ਜਾ ਸਕਦਾ, ਵੀ ਕਿੰਨੇ ਕੁ ਪਰਿਵਾਰਕ ਮੈਂਬਰ ਹੈ, ਕਿੰਨੀ ਕੁ ਆਪਾਂ ਨੂੰ ਚੀਜ਼ ਦੀ ਲੋੜ ਹੈ, ਉਸ ਹਿਸਾਬ ਦਾ ਇਹਦਾ ਆਪਾਂ ਆਹ ਰੱਖਣਾ ਸਾਈਜ਼। ਜਿਹੜਾ ਇਸਦਾ ਸਾਈਜ਼ ਹੈ, ਇਹਦਾ ਜਿਹੜਾ ਚੜਾਈ ਹੈ ਉਹ 2 ਫੁੱਟ ਹੈ, ਤੇ ਜਿਹੜਾ ਡੂੰਘਾਈ ਹੈ ਉਹ 3 ਫੁੱਟ ਹੈ। ਤੇ ਓਵਰਆਲ ਜਗ੍ਹਾ ਦੱਸਾਂ ਤਾਂ ਮੈਂ ਤੁਹਾਨੂੰ 6x4 ਦੇ ਵਿੱਚ ਬਹੁਤ ਵਧੀਆ ਇਹ ਤਿਆਰ ਕਰ ਸਕਦੇ ਹਾਂ ਆਪਾਂ। ਤੇ ਜੇ ਦੋਸਤੋ ਹੋਰ ਕੋਈ ਜਾਣਕਾਰੀ ਚਾਹੀਦੀ ਹੈ ਉਹਦੇ ਲਈ ਤੁਸੀਂ ਮੇਰਾ ਕੰਟੈਕਟ ਨੰਬਰ ਨੋਟ ਕਰੋ ਜੀ, 7888-5269। ਤੇ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਿਓ, ਤੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਨਾ ਭੁੱਲੋ। ਧੰਨਵਾਦ ਜੀ।